ਪੋਰਸ اے ایس ਆਈ ਦੇ ਲਈ اے ایس ਆਈ ਵਾਸਤੇ ਕੁਝ ਅਪਡੇਟ ਦਿੰਦੀ ਹੈ ਜੀ ਟੰਡੀਗਾ ਪੋਰਸ ਨੇ ਕੀ ਅਪਡੇਟ ਦਾ ਠੀਕ ਹੈ ਸਾਰੀ ਗੱਲ ਕਰਾਂਗੇ ਉਸ ਤੋਂ ਪਹਿਲਾਂ ਸੇਮ ਰਿਕੁਐਸਟ ਵੀਡੀਓ ਨੂੰ ਲਾਇਕ ਸ਼ੇਅਰ ਅਗਰ ਤੁਸੀਂ ਕਿਸੇ ਵੀ ਗਵਰਨਮੈਂਟ ਜੌਬ ਦਾ ਨੋਟੀਫਿਕੇਸ਼ਨ ਆਪਣੇ ਫੋਨ ਤੇ ਚਾਹੁੰਦੇ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਚਲੋ ਦੇਖਦੇ ਹਾਂ ਜੀ ਆਪਾਂ ਇੰਪੋਰਟੈਂਟ ਇਨਸਟਰਕਸ਼ਨ ਟੂ ਕੈਂਡੀਡੇਟ ਵੈਰੀਫਿਕੇਸ਼ਨ ਐਂਡ ਮੈਡੀਕਲ ਦੀ ਅਪਡੇਟ ਹੈ ਜੀ 44 ਪੋਸਟ اے ایس ਆਈ ਠੀਕ ਹੈ ਚਲੋ ਖੋਲ ਕੇ ਦੇਖਦੇ ਹਾਂ ਜੀ ਦੋਸਤੋ ਇਹ ਉਹਨਾਂ ਨੇ ਵੈਰੀਫਿਕੇਸ਼ਨ ਡਾਕੂਮੈਂਟ ਅਤੇ ਮੈਡੀਕਲ ਐਗਜ਼ਾਮੀਨੇਸ਼ਨ ਦੀ ਹੈ 44 ਪੋਸਟ ਕਦੋਂ ਤੋਂ ਸਟਾਰਟ ਹੈ ਹੈਲਡ ਆਨ 25 ਅਕਤੂਬਰ ਤੋਂ 27 ਅਕਤੂਬਰ ਤੱਕ ਹੈ ਤੁਹਾਡਾ ਠੀਕ ਹੈ ਬੱਚਿਓ ਤੇ ਆਲ ਕੈਂਡੀਡੇਟ ਰਿਕੁਆਇਰਡ ਟੂ ਰੀਡ ਇਨਸਟਰਕਸ਼ਨ ਬਾਈ ਦੇਖੋ ਆਪਣੀ ਧਿਆਨ ਨਾਲ ਪੜ ਲਿਓ ਇਹ ਪੜ ਲਿਆ ਸੋਣੀ ਲਿਓ ਤੁਹਾਨੂੰ ਮੈਂ ਸਾਰਾ ਦੱਸ ਦਿੰਨਾ ਕੈਂਡੀਡੇਟ ਰਿਕੁਆਇਰਡ ਟੂ ਰਿਪੋਰਟ ਡਾਕੂਮੈਂਟਸ ਯੂਨਿਟੀ ਦੇਖੋ ਪਹੁੰਚਣਾ ਕਿੱਥੇ ਹੈ 3rd ਫਲੋਰ 25 10 23 ਤੋਂ ਸਟਾਰਟ ਆ ਨਾ 9 ਵਜੇ ਠੀਕ ਹੈ ਚੰਡੀਗੜ੍ਹ ਪੁਲਿਸ ਹੈੱਡ ਕੁਆਟਰ ਸੈਕਟਰ 9 ਐਡੀਸ਼ਨਲ ਡੀ ਲਕਸ ਬਿਲਡਿੰਗ ਚੰਡੀਗੜ੍ਹ ਲੌਂਗ ਵਿਦ ਫੋਲੋਇੰਗ ਡਾਕੂਮੈਂਟ ਠੀਕ ਹੈ ਡਾਕੂਮੈਂਟ ਵੀ ਦੱਸਿਆ ਉਹਨਾਂ ਨੇ ਕਿਹੜੇ-ਕਿਹੜੇ ਬਈ ਦੇਖ ओरिजिनल ਲੈ ਕੇ ਜਾਣੇ ਆ ਤੇ 1 ਸੈਟ ਆਫ ਫੋਟੋਕਾਪੀ ਸੈਲਫ ਟੈਸਟ ਕਰਨੇ ਆ ਠੀਕ ਹੈ ਦੋਸਤੋ ਫੋਰ ਡਾਕੂਮੈਂਟ ਵੈਰੀਫਿਕੇਸ਼ਨ ਕਲਾਸ 10ਵੀਂ ਦਾ ਸਰਟੀਫਿਕੇਟ ਜਾਂ ਮਾਰਕ ਸ਼ੀਟ ਆਫ ਡੇਟ ਆਫ ਬਰਥ ਵੈਰੀਫਿਕੇਸ਼ਨ ਵਾਸਤੇ ਠੀਕ ਹੈ 10ਵੀਂ ਦਾ ਸਰਟੀਫਿਕੇਟ ਜਾਂ ਮਾਰਕ ਸ਼ੀਟ ਕਾਦੀ ਵਾਸਤੇ ਡਾਟਾ ਬਰਥ ਵੈਰੀਫਿਕੇਸ਼ਨ ਵਾਸਤੇ ਸਰਟੀਫਿਕੇਸ਼ਨ ਐਸੈਂਸ਼ੀਅਲ এডਿਕੇਸ਼ਨ ਜਾਨੀ 12ਵੀਂ ਦੀ ਮਾਰਕਸ਼ੀਟ ਲੈ ਕੇ ਜਾਣਾ ਜਾਂ ਗ੍ਰੈਜੂਏਸ਼ਨ ਲੈ ਕੇ ਜਾਣਾ ਤੁਸੀਂ ਅਗਰ ਹੈ ਤੁਹਾਡੇ ਕੋਲ ਆਈਸੀਟੀ ਕੋਰਸ ਲੈ ਕੇ ਜਾਣਾ ਠੀਕ ਹੈ ਗਵਰਨਮੈਂਟ ਦਾ ਆਧਾਰ ਕਾਰਡ ਪੈਨ ਕਾਰਡ ਲੈ ਕੇ ਜਾਣਾ ਹਿਲ ਏਰੀਆ ਸਰਟੀਫਿਕੇਟ ਐਨਸੀਸੀ ਸਰਟੀਫਿਕੇਟ ਵੈਲਿਡ ਬੋਥ ਡਰਾਈਵਿੰਗ ਤੇ ਫੋਰ ਵੀਲਰ ਲਾਇਸੈਂਸ ਫਾਰ ਮੇਲ ਕੈਂਡੀਡੇਟ ਓਨਲੀ ਠੀਕ ਹੈ ਫਾਰ ਮੇਲ ਕੈਂਡੀਡੇਟ ਆਫ ਆਲ ਕੈਟਾਗਰੀ ਚਾਹੇ ਉਹ ਐਕਸ ਸਰਵਿਸਮੈਨ ਹੈ ਜਰਨਲਾ ਬੀਸੀ ਐਸਸੀ ਜੋ ਵੀ ਹੈ ਸਾਰੇ ਕੈਂਡੀਡੇਟ ਲੈ ਕੇ ਜਾਣਗੇ ਕਾਸਟ ਇਸ਼ੂ ਸਰਟੀਫਿਕੇਟ ਬਾਈ ਕਾਸਟ ਬਾ OBC ਵਾਲੇ ਆਪਣਾ ਲੈ ਕੇ ਜਾਣਗੇ EWS ਆਪਣਾ ਲੈ ਕੇ ਜਾਣਗੇ ਠੀਕ ਹੈ SC ਵਾਲੇ ਆਪਣਾ ਲੈ ਕੇ ਜਾਣਗੇ ਤੇ ਐਕ ਸਰਵਿਸਮੈਨ ਸਰਟੀਫਿਕੇਟ ਇਹ ਆਪਣਾ ਐਕ ਸਰਵਿਸਮੈਨ ਵੀਰ ਹੈ ਜਿਹੜੇ ਆਪਣੇ ਜ਼ਿਲ੍ਹਾ ਸੰਗਠਨ ਭਲਾਈ ਬੋਰਡ ਤੋਂ ਬਣ ਜਾਂਦਾ ਉੱਥੇ ਜਾ ਕੇ ਇੱਕ ਦਿਨ ਚ ਬਣ ਜਾਂਦਾ ਜਾ ਕੇ ਬਣਵਾ ਕੇ ਆਪਣਾ ਲਿਆ ਜਾ ਸਕਦੇ ਨੇ ਸਰਟੀਫਿਕੇਟ ਠੀਕ ਹੈ ਨੂੰ ਜਿਆਦਾ ਟਾਈਮ ਨਹੀਂ ਲੱਗਦਾ ਕੋਈ ਐਕ ਸਰਵਿਸਮੈਨ ਵੀ ਸੋਚੇ ਯਾਰ ਇਹ ਪਤਾ ਨਹੀਂ ਕਿੱਥੋਂ ਮਿਲ ਗਿਆ ਠੀਕ ਹੈ ਤੇ ਵਾਰਡ ਆਫ ਪੁਲਿਸ ਡਿਪੈਂਡਡ ਸਰਟੀਫਿਕੇਟ ਕਾਪੀ ਆਫ ਹਾਰਾ ਇਸ ਆਈ ਕਾ ਡਿਸ਼ੂਡ ਬਾਈ ਚੰਡੀਗਾ ਪੁਲਿਸ ਠੀਕ ਹੈ ਦੋਸਤੋ ਤੇ ਐਡਮਿਟ ਕਾਰਡ ਦੇਖੋ ਕਾਈਂਡਲੀ ਬ੍ਰਿੰਗ ਐਡਮਿਟ ਕਾਰਡ ਲੈ ਕੇ ਜਾਣਾ ਆਪਣੇ 20 ਪਾਸਪੋਰਟ ਸਾਈਜ਼ ਫੋਟੋ ਲੈ ਕੇ ਜਾਣੀ ਆ ਤੁਸੀਂ ਪਰ ਉਹ ਫੋਟੋ ਅਪਲੋਡਡ ਜੋ ਫੀਲਿੰਗ ਐਪਲੀਕੇਸ਼ਨ ਦੇ ਵਿੱਚ ਅਪਲੋਡਡ ਹੈ ਉਹ ਫੋਟੋ ਲੈ ਕੇ ਜਾਣੀ ਤੁਸੀਂ ਠੀਕ ਹੈ ਔਰ ਆਪਣੀ ਜੋ ਡਕੂ ਉਹ ਆਪਣੀ ਪੁਲਿਸ ਕਲੀਅਰੈਂਸ ਸਰਟੀਫਿਕੇਟ ਐਟ ਦਾ ਟਾਈਮ ਆਫ ਡਾਕੂਮੈਂਟ ਸਿਨਿਟੀ ਤਿੰਨੇ ਨੰਬਰ ਇਸ਼ੂਡ ਬਾਈ ਦਾ ਕਨਸਰਨਡ ਡੀਐਸਪੀ ਠੀਕ ਹੈ ਇਹ ਆਪਣੀ ਵੈਰੀਫਿਕੇਸ਼ਨ ਲੈ ਕੇ ਜਾਣੀ ਆ ਤੁਸੀਂ ਕਰਵਾ ਕੇ ਥਰਡ ਨੰਬਰ ਇਸ਼ੂ ਬਾਈ ਕਨਸਰਨਡ ਡੀ ਡਿਸਟ੍ਰਿਕਟ ਐਸਪੀ ਐਂਡ ਐਸਪੀ ਠੀਕ ਹੈ ਆ ਦੇ ਕੈਂਡੀਡੇਟ ਮਸਟ ਆਲਸੋ ਪ੍ਰੋਡਿਊਸ ਪੁਲਿਸ ਕਲੀਅਰੈਂਸ ਸਰਟੀਫਿਕੇਟ ਪੀਸੀਸੀ ਠੀਕ ਹੈ ਆਨਲਾਈਨ ਅਪਲਾਈ ਹੋ ਜਾਂਦਾ ਦੋਸਤੋ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਸਾਫਟਵੇਅਰ ਚ ਹੁੰਦਾ ਆਨਲਾਈਨ ਅਪਲਾਈ ਕਰਕੇ ਤੁਸੀਂ ਆਪਣਾ ਇਹ ਚੀਜ਼ ਲੈ ਸਕਦੇ ਹੋ ਸਰਟੀਫਿਕੇਟ ਡਾਊਨਲੋਡ ਕਰ ਸਕਦੇ ਹੋ ਐਨਓਸੀ ਦੋਸਤੋ ਆਪਣੀ ਐਨਓਸੀ ਜੋ ਕੋਈ ਗਵਰਨਮੈਂਟ ਸਰਵਿਸ ਆਦਿ ਹੋਈ ਸਰਵਿਸਿੰਗ ਗਵਰਨਮੈਂਟ এমਪਲਾਈ ਕਿਸੇ ਦੂਸਰੇ ਮੈਕਮੇ ਦਾ ਉਹ ਚੰਡੀਗੜ੍ਹ ਪੁਲਿਸ ਚ ਆਉਣਾ ਚਾਹੁੰਦਾ ਤੂੰ ਆਪਣੀ ਪੇਪਰ ਪਾਸ ਕਰਕੇ ਸਿਲੈਕਟ ਹੋਗਾ ਤੂੰ ਆਪਣੀ ਐਨਓਸੀ ਲੈ ਕੇ ਜਾਏਗਾ ਦੋਸਤੋ ਠੀਕ ਹੈ ਭਾਈ ਉਹਨਾਂ ਨੇ ਇੱਕ ਆ ਚੀਜ਼ ਕਰੀ ਹੈ ਕੈਂਡੀਡੇਟ ਆਰ ਨਾਟ ਅਲਾਉਡ ਕਰਤਾ ਵੀ ਉਹਨਾਂ ਨੇ ਆਪਣੇ ਮੋਬਾਈਲ 이어ਫੋਨ ਮਾਈਕ੍ਰੋਫੋਨ ਪੇਜ ਹੈਲਥ ਬੈਂਡ ਇਹ ਸਾਰਾ ਕੁਝ ਨਹੀਂ ਲੈ ਕੇ ਜਾਓਗੇ ਤੁਸੀਂ ਠੀਕ ਹੈ ਉਹਨਾਂ eligibility भाई देखो अगर कोई बच्चा डिस्क्वालीफाई होता डॉक्यूमेंट वेरिफिकेशन च ठीक है प्रोड्यूस ਕਰਨ ਚ ओरिजिनल डॉक्यूमेंट ਤਾਂ डिस्क्वालीफाई ਕੀਤਾ ਜਾਏਗਾ ਵਿਦਆਊਟ ਐਨੀ ਐਡੀਸ਼ਨਲ ਓਪਰਚੁਨਿਟੀ ਨਹੀਂ ਦਿੱਤੀ ਜਾਏਗੀ ठीक है ये दोस्तों ए सी अपडेट ई एस आई दी एक और अपडेट है वो भी दोनों ने देख लिए दूसरी अपडेट है जी देखो आ देखो उन्होंने शेड्यूल ऑफ मेडिकल एग्जामिनेशन व्हिच इज हेल्ड 26 ਤੋਂ 27 ਅਕਤੂਬਰ ठीक है दोस्तों ਇਹਦਾ ਵੀ ਦੇਖ ਲਿਏ ਕੀ ਹੈ ਇਹ ਇੱਕ ਹੀ ਅਪਡੇਟ ਕੀਤੀ ਹੈ ਇਹਨਾਂ ਨੇ ਦੋਸਤੋ ਇਹ ਲਿਸਟਾ ਸ਼ਡਿਊਲ ਆਫ ਮੈਡੀਕਲ ਐਗਜ਼ਾਮੀਨੇਸ਼ਨ ਦਾ ਕੈਂਡੀਡੇਟ ਰਿਕੁਆਇਰਡ ਰਿਪੋਰਟ ਚੰਡੀਗੜ੍ਹ ਹੈੱਡਕੁਆਟਰ ਠੀਕ ਹੈ ਸੈਕਟਰ 9 ਐਡੀਸ਼ਨਲ ਡੀ ਲੈਕਸ ਬਿਲਡਿੰਗ ਚੰਡੀਗੜ੍ਹ 7 ਵਜੇ ਤੁਸੀਂ ਪਹੁੰਚਣਾ ਕਾਨਫਰੰਸ ਰੂਮ 3rd ਫਲੋਰ ਮੈਡੀਕਲ ਐਗਜ਼ਾਮੀਨੇਸ਼ਨ ਐਸ ਪਰ ਠੀਕ ਹੈ ਦੋਸਤੋ ਉਹਨਾਂ ਨੇ ਮੈਡੀਕਲ ਐਗਜ਼ਾਮੀਨੇਸ਼ਨ ਦੀ ਦਿੱਤੀ ਠੀਕ ਹੈ 44 ਬੰਦੇ ਆ ਮੈਡੀਕਲ ਐਗਜ਼ਾਮੀਨੇਸ਼ਨ ਦੇ ਠੀਕ ਹੈ ਇਹਨਾਂ ਨੇ ਆ ਦੇਖੋ ਆ ਜਿਹੜੇ ਬੱਚੇ ਇਹਨਾਂ ਦਾ 26 10 2023 ਨੂੰ ਤੁਸੀਂ ਪਹੁੰਚਣਾ ਠੀਕ ਹੈ ਕਿੰਨੇ ਬੱਚਿਆਂ ਨੇ ਇਹ ਆਪਣੇ ਨਾਮ ਚੈੱਕ ਕਰ ਲੋ ਇੱਥੋਂ 23 ਨੰਬਰ ਤੋਂ 27 10 ਨੂੰ ਪਹੁੰਚਣਾ ਬਈ 23 ਨੰਬਰ ਤੋਂ ਬਾਅਦ ਵਾਲੇ ਨੇ ਗੁਰਪ੍ਰੀਤ ਸਿੰਘ ਤੋਂ ਗੁਰਪ੍ਰੀਤ ਸਿੰਘ ਨੇ 27 10 2023 ਲਿਖਤਾ ਹੀ ਹੈ ਇਹਦੇ ਇਹ ਤੋਂ ਬਾਅਦ ਵਾਲ ਥੱਲੇ ਵਾਲੇ ਸਾਰੇ 27 10 ਵਾਲਿਆਂ ਜੀ ਅੱਗੇ ਚੈੱਕ ਕਰੋ ਆਪਣਾ ਨਾਮ ਕਦੋਂ ਪਹੁੰਚਣਾ 44 ਹੋ ਗਏ ਜੀ ਬਸ ਆ ਦੋ ਹੀ ਲਿਸਟਾਂ 44 ਤਾਂ ਬੰਦੇ ਆ ਟੋਟਲ ਪੋਸਟ ਠੀਕ ਹੈ ਇਹ ਤੁਹਾਡੇ ਮੈਡੀਕਲ ਦੀ ਹੈ ASI ਵਾਲਿਆਂ ਦੀ ਠੀਕ ਹੈ ਜੀ ਦੋਸਤੋ ਜੇ ਵੀਡੀਓ ਵਧੀਆ ਲਗੀ ਤਾਂ ਦੋਸਤਾਂ ਮਿੱਤਾਂ ਨਾਲ ਸ਼ੇਅਰ ਕਰ ਦੇਣਾ ਨਾਲੇ ਕਿਸੇ ਵੀ ਗਵਰਨਮੈਂਟ ਜੌਬ ਦੇ ਨੋਟੀਫਿਕੇਸ਼ਨ ਚਾਹੁੰਦੇ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਮਿਲਦੇ ਹਾਂ ਜੀ ਅਗਲੀ ਵੀਡੀਓ 'ਚ ਤਦ ਤੱਕ ਧੰਨਵਾਦ ਜੀ